ਤੁਸੀਂ ਦੇਖ ਰਹੇ ਹੋ ਫਾਈਨਲ ਸਟੈਪ ਨਿਊਜ਼। ਅੱਜ ਦੀ ਖਬਰ ਇਸ ਤਰ੍ਹਾਂ ਹੈ ਕਿ ਸ਼ੁੱਕਰਵਾਰ ਨੂੰ ਦੱਖਣ ਪੂਰਬੀ ਆਸਟ੍ਰੇਲੀਆ ਵਿੱਚ ਫਲੈਸ਼ ਹੜ੍ਹਾਂ ਨੇ ਸੈਂਕੜੇ ਘਰਾਂ ਵਿੱਚ ਪਾਣੀ ਭਰ ਦਿੱਤਾ ਅਤੇ ਹਜ਼ਾਰਾਂ ਲੋਕਾਂ ਨੂੰ ਖਾਲੀ ਕਰਨ ਲਈ ਕਿਹਾ ਗਿਆ, ਕਿਉਂਕਿ ਵੱਧ ਰਹੇ ਪਾਣੀ ਦੇ ਕਾਰਨ 3 ਵੱਖ-ਵੱਖ ਰਾਜਾਂ ਵਿੱਚ ਕਸਬਿਆਂ ਨੂੰ ਖਤਰਾ ਹੈ। ਸੈਕ ਵਾਲੰਟੀਅਰ ਆਸਟ੍ਰੇਲੀਆ ਟੀਮ ਤਾਜ਼ੇ ਪਕਾਏ ਹੋਏ ਸ਼ਾਕਾਹਾਰੀ ਭੋਜਨ ਨਾਲ ਸੇਮੋਰ ਅਤੇ ਬੇਨਾਲਾ, ਜੋ ਕਿ ਹੜ੍ਹ ਪ੍ਰਭਾਵਿਤ ਖੇਤਰ ਹਨ, ਇਹਨਾਂ ਵੱਲ ਜਾ ਰਹੀ ਹੈ।